ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੇ ਸਮੇਂ ਤੋਂ ਭਾਰਤ ਦੇ ਕਿਸਾਨਾਂ ਵੱਲੋਂ 3 ਖੇਤੀਬਾੜੀ ਬਿੱਲਾਂ ਨੂੰ ਲੈ ਕੇ ਵੱਡਾ ਅੰਦੋਲਨ ਕੀਤਾ ਜਾ ਰਿਹਾ। 26 ਜਨਵਰੀ ਨੂੰ ਕੁਝ ਦਿੱਲੀ ਦੇ ਵਿੱਚ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਅਤੇ ਉਹਨਾਂ ਅਣਸੁਖਾਵੀਆਂ ਘਟਨਾਵਾਂ ਨੇ ਅੰਦੋਲਨ ਨੂੰ ਟਾ ਲਾਉਣ ਦਾ ਵੀ ਕੰਮ ਕੀਤਾ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਅੰਦੋਲਨ ਨੂੰ ਜ਼ਾਬਤੇ 'ਚ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਦੀ ਹੁੰਦੀ ਹੈ। ਅੰਦੋਲਨ ਦੌਰਾਨ ਚੰਗਾ ਹੁੰਦਾ ਉਹਦੇ ਲਈ ਵੀ ਆਗੂ ਜਿਹੜੇ ਹੈ ਉਹ ਧੰਨਤਾ ਦੇ ਯੋਗ ਮੰਨੇ ਜਾਂਦੇ ਹੈ, ਸਲਾਹੁਣ ਦੇ ਯੋਗ ਮੰਨੇ ਜਾਂਦੇ ਹੈ। ਅਤੇ ਜੇ ਅੰਦੋਲਨ ਦੇ ਦੌਰਾਨ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਤਾਂ ਉਹਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਉਹ ਅੰਦੋਲਨ ਦੇ ਆਗੂਆਂ ਨੂੰ ਲੈਣੀ ਪੈਂਦੀ ਹੈ। ਦਿੱਲੀ ਦੇ ਵਿੱਚ 26 ਜਨਵਰੀ ਨੂੰ ਲਾਲ ਕਿਲੇ ਦੇ ਸਾਹਮਣੇ ਜੋ ਕੁਝ ਹੋਇਆ, ਪੁਲਿਸ ਨੇ ਕਿਸਾਨਾਂ ਨੂੰ ਕੁੱਟਿਆ ਜਾਂ ਕਿਸਾਨਾਂ ਨੇ ਪੁਲਿਸ ਦੇ ਉੱਤੇ ਜਿਹੜਾ ਹੈ ਹੱਥ ਚੁੱਕਿਆ, ਜਿਵੇਂ ਕਿ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ। ਇਹ ਹਿੰਸਾ, ਮਾਰਕੁੱਟ, ਭੰਨ ਤੋੜ ਇਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਇਹ ਮੰਦਭਾਗੀਆਂ ਘਟਨਾਵਾਂ ਨੇ। ਪਰ ਸੁਣਨ ਵਿੱਚ ਆ ਰਿਹਾ ਕਿ ਲਾਲ ਕਿਲੇ ਦੇ ਸਾਹਮਣੇ ਖਾਲੀ ਪੋਲ ਦੇ ਉੱਤੇ ਇੱਕ ਨਿਸ਼ਾਨ ਸਾਹਿਬ ਚਲਾਉਣ ਨੂੰ ਲੈ ਕੇ ਬੜਾ ਵਾਵੇੜਾ ਜਿਹੜਾ ਹੈ ਉਹ ਮਚਾਇਆ ਜਾ ਰਿਹਾ। ਇਹ ਬਿਲਕੁਲ ਨਿਰਮੂਲ ਹੈ। ਦਿੱਲੀ ਦੇ ਵਿੱਚ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਫਤਿਹ ਦਿਵਸ ਮਨਾਉਂਦੀ ਹੈ, ਹਰ ਸਾਲ ਹੀ ਮਨਾਇਆ ਜਾਂਦਾ, ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਨਹੀਂ ਮਨਾਇਆ ਗਿਆ, ਤਾਂ ਉਦੋਂ ਵੀ ਖਾਲਸਾਈ ਨਿਸ਼ਾਨ ਜਿਹੜੇ ਨੇ ਉਹ ਸਾਡੇ ਧਰਮ ਦੇ ਨਿਸ਼ਾਨ ਹੈ, ਉਹ ਉੱਥੇ ਲਾਲ ਕਿਲੇ ਦੀਆਂ ਕੰਧਾਂ ਦੇ ਉੱਤੇ ਲਗਾਏ ਜਾਂਦੇ। ਗਲਵਾਨ ਘਾਟੀ ਦੇ ਵਿੱਚ ਸਾਡੇ ਬਾਰਡਰਾਂ ਦੇ ਉੱਤੇ ਬੈਠੀ ਜਿਹੜੀ ਸਿੱਖ ਰੈਜੀਮੈਂਟ ਹੈ ਉਹ ਵੀ ਦੇਸ਼ ਦੇ ਝੰਡੇ ਦੇ ਨਾਲ ਨਾਲ ਜਿਹੜਾ ਸਾਡਾ ਧਰਮ ਦਾ ਪ੍ਰਤੀਕ ਖਾਲਸਾਈ ਨਿਸ਼ਾਨ ਹੈ ਉਹ ਚਲਾਉਂਦੀ ਹੈ। ਇਸੇ 26 ਜਨਵਰੀ ਨੂੰ ਜਦੋਂ ਗਣਤੰਤਰ ਦਿਵਸ ਦੀ ਪਰੇਡ ਦੇ ਦੌਰਾਨ ਝਾਕੀਆਂ ਨਿਕਲੀਆਂ ਅਤੇ ਉਹਨਾਂ ਝਾਕੀਆਂ ਦੇ ਵਿੱਚੋਂ ਇੱਕ ਝਾਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਸੀ। ਗੁਰਦੁਆਰਾ ਸਾਹਿਬ ਦੀ ਬਹੁਤ ਖੂਬਸੂਰਤ ਇਮਾਰਤ ਬਣਾਈ ਹੈ ਅਤੇ ਉਹਦੇ ਸਾਹਮਣੇ ਵੀ ਦੋ ਖਾਲਸਾਈ ਨਿਸ਼ਾਨ ਜਿਹੜੇ ਹੈ ਉਹ ਲਗਾਏ ਗਏ। ਖਾਲਸਾਈ ਨਿਸ਼ਾਨਾਂ ਨੂੰ, ਜਿਹੜੇ ਸਾਡੇ ਧਰਮ ਦੇ ਨਿਸ਼ਾਨ ਹੈ, ਇਹਨਾਂ ਨੂੰ ਖਾਲਿਸਤਾਨ ਦੇ ਨਿਸ਼ਾਨ ਕਹਿ ਕੇ ਭੰਡਣਾ ਇਹ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਹੈ। ਨਿਸ਼ਾਨ ਸਾਹਿਬ ਜਿੱਥੇ ਵੀ ਕਿਤੇ ਸੁਸ਼ੋਭਿਤ ਹੁੰਦਾ ਹੈ, ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ, ਕਿਸੇ ਨੇ ਮੋਟਰਸਾਈਕਲ 'ਤੇ ਲਾਇਆ ਹੋਵੇ, ਕਿਸੇ ਨੇ ਲੰਗਰ ਜਿੱਥੇ ਵਰਤਾਇਆ ਜਾਂਦਾ ਉੱਥੇ ਲਾਇਆ ਹੋਵੇ, ਇਹ ਤਾਂ ਇੱਕ ਮਹੱਤਵ ਹੈ, ਇਸ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ ਕਿ ਇਹ ਅਸਥਾਨ ਜਿਹੜਾ ਐਸਾ ਹੈ ਜਿੱਥੇ ਅਧਰਮ ਲਈ, ਪਾਪ ਲਈ ਕੋਈ ਜਗ੍ਹਾ ਨਹੀਂ ਹੈ। ਇੱਥੇ ਨਿਆਸਰੇ ਨੂੰ ਆਸਰਾ ਮਿਲੇਗਾ, ਭੁੱਖੇ ਨੂੰ ਰਿਜ਼ਕ ਮਿਲੇਗਾ, ਨੰਗੇ ਨੂੰ ਵਸਤਰ ਮਿਲਣਗੇ, ਬਿਮਾਰ ਨੂੰ ਦਵਾਈ ਮਿਲੇਗੀ, ਔਰ ਜਿਹਦੇ ਕੋਲ ਰਹਿਣ ਵਾਸਤੇ ਕੋਈ ਸਥਾਨ ਨਹੀਂ ਹੈ ਉਹਨੂੰ ਰਹਿਣ ਵਾਸਤੇ ਜਗ੍ਹਾ ਮਿਲੇਗੀ। ਇਹ ਅਹਿਸਾਸ ਨਿਸ਼ਾਨ ਸਾਹਿਬ ਸਾਡਾ ਕਰਵਾਉਂਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਨਿਸ਼ਾਨ ਸਾਹਿਬ ਜਿਹੜਾ ਲਾਲ ਕਿਲੇ ਦੇ ਸਾਹਮਣੇ ਖਾਲੀ ਪੋਲ ਦੇ ਉੱਤੇ ਕਿਸੇ ਨੇ ਜੇ ਲਾ ਦਿੱਤਾ, ਨਿਸ਼ਾਨ ਸਾਹਿਬ ਕਹਿ ਲਓ, ਉਹਨੂੰ ਝੰਡੀ ਕਹਿ ਲਓ, ਕਿਉਂਕਿ ਸਾਡੇ ਜਿਹੜੇ ਹੈ ਕਈ ਵੀਰ ਜਿਹੜੇ ਹੈ ਸੜਕਾਂ ਦੇ ਕਿਨਾਰੇ ਝੰਡੀਆਂ ਵੀ ਲਾਉਂਦੇ ਆ ਜਦੋਂ ਨਗਰ ਕੀਰਤਨ ਜਿਹੜਾ ਹੈ ਉਹ ਗੁਜ਼ਰਦਾ ਹੈ ਜਿਨ੍ਹਾਂ ਰਾਹਾਂ ਤੋਂ, ਜਿਨ੍ਹਾਂ ਸੜਕਾਂ ਤੋਂ। ਤਾਂ ਇਹ ਕੋਈ ਅਪਰਾਧ ਨਹੀਂ ਹੈ, ਇਹ ਕੋਈ ਗੁਨਾਹ ਨਹੀਂ ਹੈ। ਇਸ ਕਰਕੇ ਇਸ ਨੂੰ ਜਿਹੜਾ ਹੈ ਲੈ ਕੇ ਭੰਡੀ ਪ੍ਰਚਾਰ ਕਰਨਾ ਇਹ ਕਿਸੇ ਵੀ ਢੰਗ ਦੇ ਨਾਲ ਵਾਜਬ ਨਹੀਂ ਮੰਨਿਆ ਜਾ ਸਕਦਾ। ਹਮੇਸ਼ਾ ਹੀ ਪੀੜਾਂ ਦੇ ਵਿੱਚ ਅਕਸਰ ਹੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਅਤੇ ਜਿਹੜੇ ਦੋਸ਼ੀ ਹੁੰਦੇ ਆ, ਜ਼ਿੰਮੇਵਾਰ ਹੁੰਦੇ ਆ ਧੰਨ ਤੋੜ ਕਰਨ ਵਾਲੇ, ਉਹ ਹਮੇਸ਼ਾ ਬਚ ਨਿਕਲਦੇ ਆ ਅਤੇ ਜਿਹੜੇ ਇਨੋਸੈਂਟ ਹੁੰਦੇ ਆ, ਜਿਹੜੇ ਨਿਰਦੋਸ਼ ਹੁੰਦੇ ਆ, ਉਹ ਹਮੇਸ਼ਾ ਜਿਹੜਾ ਗ੍ਰਿਫਤਾਰ ਕਰ ਲਏ ਜਾਂਦੇ ਆ, ਫੜ ਲਏ ਜਾਂਦੇ ਆ। ਤਾਂ 26 ਜਨਵਰੀ ਨੂੰ ਵੀ ਕੁਝ ਐਸਾ ਹੀ ਹੋਇਆ।
बहुत सारे इनोसेंट जिहड़े ने निर्दोष जिहड़े ने वह भी फड़े गए। तो यह मंदभागा वरतारा जो कुछ 26 जनवरी नूं होया वह नहीं होना चाहीदा सी। अंदोलन के आगुआं नूं हुण अंदोलन नूं जाबते दे विच रखण वास्ते जिहड़ी बयानबाजी है एक दूसरे के खिलाफ की जाती इनू बंद करके जिहड़ा है सूझ समझ दे नाल चलण दी वधेरे लोड़ है, शांति नाल चलण दी वधेरे लोड़ है। तो मसले का हल जिहड़ा वह गल्लबात राही होना है। एक कदम सरकार पिछे हटे तो एक कदम जिहड़ा है वह सानू भी जे पिछे हटना पैंदा है तो इहदे विच सियाणप ही है, कोई माड़ी गल नहीं है। मसले का हल होवे तो सिख जिहड़े साढ़े उत्थे बैठे ने भारत के किसानां दे नाल सारी किसान जिहड़े बैठे ने चाहे वह गाजीपुर के बार्डर ते है, चाहे वह सिंघू बार्डर ते है, टिकरी बार्डर ते है, सारे जिहड़े ने अपने अपने घरां चाहुण, परिवारां चाहुण, बच्चां चाहुण। अकाल पुरख अगे अरदास भी है कि सच्चे पातशाह साढ़े सारे ही अंदोलन दे विच शामिल जिहड़े किसान ने इन्हां नूं सुमत भी बख्शे, हौसला भी बख्शे। मैं एक बार फिर कहना चाहांगा कि मसले का हल जिहड़ा है वो गल्लबात राही ही होना है, तो गल्लबात दे जिहड़े बदल है वो खुले रखे जाने चाहिए ने, तो जिद जिहड़ी है उहनूं छड्ड देना चाहिए ताकि मसले का सुखावा हल होवे ते असीं अपने अपने घरे आईए। वाहिगुरू जी का खालसा, वाहिगुरू जी की फतेह।